17 ਮਈ 2007 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀ ਕਿ ਗੁਰਮੀਤ ਰਾਮ ਰਹੀਮ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਹੈ ਉਹਨੇ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਹਮਲਾ ਕੀਤਾ ਸੀ ਔਰ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਪੰਜ ਸਿੰਘ ਸਾਹਿਬਾਨਾਂ ਨੇ ਹੁਕਮ ਜਾਰੀ ਕਰਕੇ ਉਹਦਾ ਬਾਈਕਾਟ ਕੀਤਾ ਸੀ ਸਾਰੀ ਸਿੱਖ ਸੰਗਤ ਨੂੰ ਉਹਦੇ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਨ ਵਾਸਤੇ ਕਿਹਾ ਸੀ ਪਿਛਲੇ ਦਿਨੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਉਹਨਾਂ ਚੋਣਾਂ ਦੇ ਵਿੱਚ ਸਿੱਖ ਲੀਡਰ ਜਿਸ ਨੂੰ ਪੰਥ ਤੋਂ ਪਾਸੇ ਕੀਤਾ ਸੀ ਉਸ ਹੁਕਮਨਾਮੇ ਦੀ ਉਲੰਘਣਾ ਕਰਕੇ ਆਪਣੀ ਵੋਟ ਮੰਗਣ ਉੱਥੇ ਉਹਦੇ ਡੇਰੇ ਉੱਤੇ ਗਏ ਨੇ ਸੋ ਇਹ ਬੜੀ ਮੰਦਭਾਗੀ ਘਟਨਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੰਜ ਪ੍ਰਧਾਨੀ ਮਰਜ਼ਾਦਾ ਦੇ ਮੁਤਾਬਕ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਹੈ ਔਰ ਜਿਹੜੇ ਜਿਹੜੇ ਸਿੱਖ ਲੀਡਰ ਉੱਥੇ ਹਮਾਇਤ ਲੈਣ ਵਾਸਤੇ ਗਏ ਨੇ ਉਹਨਾਂ ਨੂੰ ਆਦੇਸ਼ ਜਾਰੀ ਕੀਤਾ ਗਿਆ ਕਿ ਉਹ 30 ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣੀ ਉਹ ਜਿਹੜਾ ਸਵੇਰੇ 11 ਵਜੇ ਆਪਣਾ ਪੱਖ ਪੇਸ਼ ਕਰਨ ਇਹ ਜਿਹੜੇ ਵੋਟ ਮੰਗਣ ਗਏ ਨੇ ਹੁਕਮਨਾਮੇ ਦੀ ਉਲੰਘਣਾ ਕਰਕੇ ਸਾਡੀ ਜਾਂਚ ਕਮੇਟੀ ਦੇ ਮੁਤਾਬਕ ਇਹਨਾਂ ਦੀ ਕੋਈ 40 ਦੇ ਕਰੀਬ ਗਿਣਤੀ ਬਣਦੀ ਜਿਹਦੇ ਵਿੱਚੋਂ 28-29 ਬਾਦਲ ਦਲ ਦੇ ਨਾਲ ਸੰਬੰਧਿਤ ਨੇ ਔਰ 9-10 ਕਾਂਗਰਸ ਨਾਲ ਸੰਬੰਧਿਤ ਨੇ ਇੱਕ ਅੱਧਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਸਾਰਿਆਂ ਨੂੰ ਇੱਥੇ ਆਦੇਸ਼ ਜਾਰੀ ਕਰਕੇ ਬੁਲਾਇਆ ਗਿਆ ਉਹ ਆਪਣਾ ਪੱਖ ਪੇਸ਼ ਕਰਨ ਔਰ ਅਕਾਲ ਤਖਤ ਸਾਹਿਬ ਦੇ ਉਦੇਸ਼ ਦਾ ਸਾਰੇ ਪਾਲਣ ਕਰਨ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਨਾਮ ਹੈਗੇ ਨੇ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਜਿਹੜੇ ਸਾਨੂੰ ਜਾਂਚ ਕਮੇਟੀ ਨੇ ਸੌਂਪੇ ਨੇ ਉਹ ਅਸੀਂ ਇੱਥੇ ਲਿਖੇ ਹੋਏ ਨੇ ਪ੍ਰੈਸ ਨੋਟ ਦੇ ਵਿੱਚ ਨਾਂ ਨੇ ਉਹ ਅਸੀਂ ਦੇ ਰਹੇ ਸਾਰਿਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ ਅੱਛਾ ਉਹਦੇ ਵਿੱਚ ਹੁਕਮਨਾਮਾ ਜਿਹੜਾ ਅਕਾਲ ਤਖ਼ਤ ਸਾਹਿਬ ਦਾ ਉਹ ਐਪਲੀਕੇਬਲ ਹੈ ਗੁਰਸਿੱਖ ਵਾਸਤੇ ਇਹਦੇ ਵਿੱਚ ਜਿਹੜੇ ਕੁਝ ਸਿੱਖ ਲੀਡਰਸ ਹੈਗੇ ਨੇ ਉਹ ਪਤਿਤ ਵੀ ਹੈਗੇ ਨੇ ਇਹ ਉਹਨਾਂ 'ਤੇ ਐਪਲੀਕੇਬਲ ਹੋਏਗਾ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਕਿ ਉਹਨਾਂ ਵਾਸਤੇ ਹੁਕਮਨਾਮਾ ਜਿਹੜੇ ਗੈਰ ਸਿੱਖਾਂ ਨੂੰ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਸ਼ਰਧਾ ਰੱਖਦੇ ਨੇ ਗੁਰੂ ਮੰਨਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਵਾਸਤੇ ਜਿਸ ਵੀ ਤਰੀਕੇ ਜਿਹੜੇ ਦਾੜੀ ਕੇਸ ਕਤਲ ਕਰਾਉਂਦੇ ਨੇ ਉਹਨਾਂ ਨੂੰ ਵੀ ਤਲਬ ਕੀਤਾ ਤਲਬ ਕੀਤਾ ਗਿਆ ਕੀ ਪਤਾ ਉਹਨਾਂ ਦਾ ਭਲਾ ਹੋ ਜਾਵੇ ਇੱਥੇ ਲਿਖਾ ਦਾਂਗੇ ਕੇਸ ਤੇ ਸਿੰਘ ਸਾਹਿਬ ਜੀ ਨਹੀਂ ਆਉਂਦੇ ਤੇ ਫਿਰ ਅਸੀਂ 30 ਤਰੀਕ ਨੂੰ ਉਹਦੇ ਬਾਰੇ ਫੈਸਲਾ ਲਵਾਂਗੇ ਕਿਉਂਕਿ ਪਿਛਲੀ ਵਾਰੀ ਆਪ ਜੀ ਨੇ ਹੁਕਮ ਕੀਤਾ ਸੀ ਅਤੇ ਸੁਖਬੀਰ ਬਾਦਲ ਔਰ ਵੱਡੇ ਬਾਦਲ ਨੂੰ ਬੁਲਾਇਆ ਸੀ ਦੋਵੇਂ ਨਹੀਂ ਆਏ ਆਪ ਜੀ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਦੇਖੋ ਮੈਂ ਇਹ ਕਹਿ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਬਹੁਤ ਮਹਾਨ ਹੈ ਇਹ ਜਿਹੜੇ ਜਥੇਦਾਰ ਨੇ ਜਿਹੜੇ ਤੁਹਾਡੇ ਰੂਬਰੂ ਹੋ ਰਹੇ ਨੇ ਇਹ ਆਪੇ ਨਹੀਂ ਬਣੇ ਇਹਨਾਂ ਨੂੰ ਸਿੱਖ ਸੰਗਤਾਂ ਨੇ ਸਰਬੱਤ ਖਾਲਸੇ ਨੇ ਚੁਣਿਆ ਦੂਸਰਿਆਂ ਨੂੰ ਰੱਦ ਕੀਤਾ ਅਕਾਲ ਤਖ਼ਤ ਦਾ ਹੁਕਮ ਸਾਰਿਆਂ ਸਿੱਖਾਂ ਨੂੰ ਮੰਨਣਾ ਹੀ ਪੈਣਾ
ਅੱਜ ਨਹੀਂ ਤਾਂ ਕੱਲ੍ਹ ਮਨਾ ਦੇਣਗੇ। ਇਹੀ ਕੁਛ ਚੀਜ਼ਾਂ ਸੀਗੀਆਂ, ਬਹੁਤ ਕੁਛ ਸੀਗਾ ਨਾਲ, ਬੜਾ ਕੁਛ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਸਿੱਖਾਂ ਨੂੰ ਗੋਲੀਆਂ ਵੱਜੀਆਂ, ਇਨਸਾਫ ਕਿਸੇ ਨੂੰ ਮਿਲਿਆ ਨਹੀਂ, ਉਲਟਾ ਜਿਹੜੇ ਲੋਕ ਇਨਸਾਫ ਮੰਗਦੇ ਸੀ ਉਹਨਾਂ ਨੂੰ 6-6 ਮਹੀਨੇ ਜੇਲ੍ਹਾਂ ਕਟਾਈਆਂ, ਬੜਿਆਂ 'ਤੇ ਪਰਚੇ ਦਰਜ ਕੀਤੇ ਨੇ। ਸਾਰੇ ਕਾਰਨ ਨੇ, ਡੇਰੇ ਦੇ ਉੱਤੇ ਜਾਣਾ, ਸਿੱਖ ਇਤਿਹਾਸ ਡੇਰਾਵਾਦ ਦਾ, ਪਖੰਡਵਾਦ ਦਾ ਵਿਰੋਧ ਕਰਦਾ। ਜਿਹੜਾ ਵੀ ਸਿੱਖ ਡੇਰੇ 'ਤੇ ਜਾਂਦਾ ਹੈ, ਪਖੰਡਵਾਦ ਦਾ ਸਾਥ ਦਿੰਦਾ, ਉਹਨੂੰ ਤਾਂ ਹਿਸਾਬ ਕਿਤਾਬ ਦੇਣਾ ਪੈਂਦਾ। ਅਤੇ ਹੁਣ ਜਿਹੜੀ ਸਰਕਾਰ ਆ ਰਹੀ ਹੈ ਕੈਪਟਨ ਅਮਰਿੰਦਰ ਦੀ, ਉਹਦੇ 'ਤੇ ਤੁਹਾਨੂੰ ਕੋਈ ਆਸ ਹੈ? ਦੇਖੋ, ਕਾਂਗਰਸ ਦੀ ਸਰਕਾਰ ਜਿਹੜੀ ਹੈ, ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ, ਜਿਸ ਜਗ੍ਹਾ ਦੇ ਉੱਤੇ ਆਪਾਂ ਖੜ੍ਹੇ ਹਾਂ, ਇੱਥੇ ਟੈਂਕ ਖੜ੍ਹੇ ਸੀ, ਕਦੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ, ਇੱਥੇ ਲਾਸ਼ਾਂ ਵਿਛਾ ਦਿੱਤੀਆਂ ਗਈਆਂ ਨੇ। ਸਾਨੂੰ ਭਲੇ ਦੀ ਤਾਂ ਕੋਈ ਆਸ ਨਹੀਂ, ਲੋਕਾਂ ਦਾ ਫੈਸਲਾ, ਕਿਹੋ ਜਿਹਾ ਰਾਜ ਦਿੰਦੇ ਨੇ ਉਹ ਲੋਕ ਸਮਝਣਗੇ। ਪਰ ਉਹ ਵਾਰ ਵਾਰ ਇਹ ਕਹਿੰਦੇ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬੇਦਬੀ ਦੇ ਦੋਸ਼ੀਆਂ ਨੂੰ। ਚੰਗੀ ਗੱਲ ਆ, ਹਾਂ ਬਹੁਤ ਚੰਗੀ ਗੱਲ ਆ। ਕੋਈ ਵੀ ਸਰਕਾਰ ਆ, ਜਿਹੜਾ ਵੀ ਕਿਸੇ ਵੀ ਦੇਸ਼ ਦੇ ਵਿੱਚ ਜਿਹੜਾ ਵੀ ਰਹਿੰਦਾ, ਸਰਕਾਰ 'ਤੇ ਆਸ ਰੱਖਦਾ ਵੀ ਸਾਨੂੰ ਇਨਸਾਫ ਮਿਲੇ। ਪਰ ਅੱਜ ਤੱਕ ਸਾਡੀ ਸਮਝ ਦੇ ਮੁਤਾਬਕ ਨਾ ਕਿਸੇ ਸਰਕਾਰ ਨੇ, ਨਾ ਕਿਸੇ ਅਦਾਲਤ ਨੇ ਇਸ ਭਾਰਤ ਦੇ ਵਿੱਚ, ਜਿਹਦੇ ਵਾਸਤੇ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ, ਨਾ ਜੁਡੀਸ਼ਲੀ ਨੇ, ਨਾ ਕਿਸੇ ਸਰਕਾਰ ਨੇ ਜ਼ਖਮਾਂ ਦੇ ਉੱਤੇ ਕਦੀ ਮਲਮ ਨਹੀਂ ਲਾਈ, ਅਜੇ ਤੱਕ ਨਹੀਂ ਲੱਗੀ, ਅਜੇ ਤੱਕ ਅਸੀਂ ਤਰਸ ਰਹੇ ਹਾਂ। ਇਸ ਕਰਕੇ ਜੇ ਕੋਈ ਚੰਗਾ ਕਰਦਾ, ਵਧੀਆ ਗੱਲ ਆ। ਸਿੰਘ ਸਾਹਿਬ, 30 ਤਰੀਕ ਤੋਂ ਬਾਅਦ ਦੁਬਾਰਾ ਸਮਾਂ ਦਿੱਤਾ ਜਾਵੇਗਾ ਕਿ ਫੈਸਲਾ ਹੋਵੇਗਾ? ਨਹੀਂ, ਬਿਲਕੁਲ ਨਹੀਂ, ਹੁਣ ਸਮਾਂ ਨਹੀਂ ਦਿੱਤਾ ਜਾਣਾ ਸਮੇਂ ਅਨੁਸਾਰ। ਅਸੀਂ 30 ਤਰੀਕ ਨੂੰ ਜੇ ਨਹੀਂ ਇਹ ਪਹੁੰਚਦੇ, ਅਸੀਂ ਜਿਹੜੀ ਅਗਲੀ ਜਿਹੜੀ ਬਣਦੀ ਕਾਰਵਾਈ ਆ ਧਾਰਮਿਕ ਤੌਰ ਦੇ ਉੱਤੇ, ਮਲੂਕਾ ਸਾਹਿਬ ਤਾਂ ਰਿਪੀਟਡਲੀ ਕਰ ਰਹੇ ਨੇ। ਨਹੀਂ, ਉਹਨਾਂ ਮਲੂਕਾ ਸਾਹਿਬ ਅਤੇ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ, ਇਹਨਾਂ ਨੂੰ ਅਸੀਂ ਪਹਿਲਾਂ ਪੰਥ ਚੋਂ ਪਾਸੇ ਕਰ ਚੁੱਕੇ ਨੇ, ਇਸ ਲਿਸਟ ਦੇ ਹਿੱਸਾ ਨਹੀਂ ਹੋਣਗੇ। ਠੀਕ ਹੈ ਸਰ, ਦੇ ਦਿਓ ਜੀ ਕੋਲਰ, ਇੱਕ ਇੱਕ ਦੇ ਦਿਓ ਸਾਰਿਆਂ ਨੂੰ।